ਚੱਕੋ ਚਾਹ ਚੱਕੋ ਰਾਣਾ ਸਾਹਿਬ ਦੇਖ ਲਓ ਉਹ ਵੀ ਕਾਲਜ ਦੇ ਦਿਨ ਹੁੰਦੇ ਸੀ ਜਦੋਂ ਸਾਰੀ ਦਿਹਾੜੀ ਮਸਤੀ ਕਰਦੇ ਰਹਿੰਦੇ ਸੀ ਤੇ ਅੱਜ ਆ ਵੀ ਦਿਨ ਆ ਜ਼ਿੰਦਗੀ ਦਾ ਪਤਾ ਹੀ ਨਹੀਂ ਲੱਗਾ ਕਿੱਥੋਂ ਕਿੱਥੇ ਆ ਗਏ ਵਰਨ ਸਾਹ ਇਹ ਗੱਲ ਤਾਂ ਤੇਰੀ ਜਮਾਂ ਸੱਚ ਆ ਚੱਲ ਬਾਕੀ ਗੱਲਾਂ ਛੱਡ ਵਿਆਹ ਵੀ ਕਰਾ ਲਿਆ ਤੇ ਬੱਚੇ ਬੁੱਚੇ ਰਾਣਾ ਸਾਹਿਬ ਇੱਕ ਧੀ ਰਾਣੀ ਆ ਬੈਠੀ ਆ ਤੇ ਦੂਜੀ ਥੱਲੇ ਆਪਦੀ ਮਾਂ ਕੋਲ ਖੇਡੀ ਜਾਂਦੀ ਆ ਅੱਛਾ ਦੋ ਕੁੜੀਆਂ ਵਾਹਿਗੁਰੂ ਦੀ ਕਿਰਪਾ ਨਾ ਆਪਣੇ ਘਰ ਤਾਂ ਕੋਈ ਕੁੜੀ ਨਹੀਂ ਜੰਮੀ ਇੱਕੋ ਇੱਕ ਮੁੰਡਾ ਵਾ ਵੱਡਾ ਹੋ ਜੂਗਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਾਣਾ ਸਾਹਿਬ ਤੁਹਾਡਾ ਕੀ ਮਤਲਬ ਵੀ ਜੇ ਮੇਰੇ ਘਰ ਦੋ ਧੀਆਂ ਜੰਮੀਆਂ ਤੇ ਮੈਨੂੰ ਅੱਗੇ ਜਾ ਕੇ ਕੋਈ ਟੈਨਸ਼ਨ ਇੱਕ ਮਿੰਟ ਪਾਪਾ ਤੁਸੀਂ ਚੁੱਪ ਹੋਵੋ ਅੰਕਲ ਨੂੰ ਮੈਂ ਸਮਝਾਉਂਦੀ ਰੱਬ ਧੀਆਂ ਉਹਨਾਂ ਨੂੰ ਦਿੰਦਾ ਜਿਸ ਬੰਦੇ ਦੀ ਧੀਆਂ ਪਾਲਣ ਦੀ ਔਕਾਤ ਹੋਵੇ ਨਾਲੇ ਇੱਕ ਗੱਲ ਹੋਰ ਰਾਣਾ ਸਾਹਿਬ ਧੀਆਂ ਸਭ ਦੇ ਮੁਕੱਦਰਾਂ 'ਚ ਕਿੱਥੇ ਹੁੰਦੀਆਂ ਨੇ ਜੋ ਘਰ ਰੱਬ ਨੂੰ ਪਸੰਦ ਆ ਜੇ ਧੀਆਂ ਉੱਥੇ ਹੁੰਦੀਆਂ ਨੇ ਕੀ ਹਾਲ ਚਾਲ ਸਾਡੀ ਸੋਚ ਸੀਰੀਜ਼ ਦਾ ਦੂਜਾ ਪਾਰਟ ਤੁਹਾਨੂੰ ਕਿਵੇਂ ਲੱਗਿਆ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਸੀਰੀਜ਼ ਦੇ ਵਿੱਚ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਲਈ ਧੀਆਂ ਲਈ ਸਾਡੇ ਸਮਾਜ ਦੀ ਕੀ ਸੋਚ ਆ ਸਾਡਾ ਸਮਾਜ ਕਿਉਂ ਪਿੱਛੇ ਰੱਖ ਰਿਹਾ ਕੁੜੀਆਂ ਨੂੰ ਹੋਪ ਆ ਕਿ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਹੋਊ ਅਤੇ ਇਹ ਵੀਡੀਓ ਦੇ ਨਾਲ ਹੋ ਸਕਦਾ ਕਿਸੇ ਦੀ ਲਾਈਫ ਜ਼ਰੂਰ ਚੇਂਜ ਹੋਵੇ ਸੋ ਥੱਲੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਨੂੰ ਇੰਸਟਾਗ੍ਰਾਮ ਯੂਟਿਊਬ ਅਤੇ ਫੇਸਬੁੱਕ 'ਤੇ ਲਾਈਕ ਫੋਲੋ ਜ਼ਰੂਰ ਕਰ ਲਿਓ ਥੈਂਕ ਯੂ